ਅੱਗੇ ਵਧਦੇ ਹਾਂ ਰਾਹੁਲ ਗਾਂਧੀ ਦਾ ਇੱਕ ਵੱਡਾ ਬਿਆਨ ਆਇਆ ਹੈ ਔਰ ਇਸ ਤਰ੍ਹਾਂ ਦਾ ਬਿਆਨ ਹੈ ਜਿਸ ਦੇ ਨਾਲ ਦਿੱਤਾ ਭਾਵੇਂ ਵਿਦੇਸ਼ ਚ ਗਿਆ ਪਰ ਦੇਸ਼ ਦੇ ਵਿੱਚ ਉਹਦੀ ਚਰਚਾ ਜਾਂ ਉਸ ਤੇ ਜਿਹੜਾ ਹੰਗਾਮਾ ਹੈ ਉਹ ਸ਼ੁਰੂ ਹੋ ਗਿਆ ਦਰਅਸਲ ਰਾਹੁਲ ਪਹੁੰਚੇ ਸੀ ਕੈਂਬਰੇਜ ਯੂਨੀਵਰਸਿਟੀ ਦੇ ਵਿੱਚ ਇੱਕ ਭਾਸ਼ਣ ਦੇਣ ਉਸੇ ਦੌਰਾਨ ਉਹਨਾਂ ਨੇ ਭਾਰਤ ਦੀ ਡੈਮੋਕ੍ਰੇਸੀ ਦੇ ਸਾਹਮਣੇ ਕੀ ਚੈਲੰਜਸ ਨੇ ਇਸ ਬਾਰੇ ਉਹਨਾਂ ਨੇ ਵੱਡੇ ਦਾਅਵੇ ਅਗੇ ਜਿਹੜੇ ਉਹ ਕੀਤੇ ਰਾਹੁਲ ਗਾਂਧੀ ਦਾ ਇਹ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਤਾਂ ਉਹਨਾਂ ਦੀ ਜਾਸੂਸੀ ਕਰਵਾਉਂਦੇ ਆ ਪੈਗਾਸਸ ਸੌਫਟਵੇਅਰ ਦਾ ਫੇਰ ਉਹਨਾਂ ਨੇ ਜ਼ਿਕਰ ਕੀਤਾ ਕਿ ਪੈਗਾਸਸ ਉਹਨਾਂ ਦੇ ਮੋਬਾਈਲ ਫੋਨ ਦੇ ਵਿੱਚ ਵੀ ਡਾਊਨਲੋਡ ਕੀਤਾ ਗਿਆ ਸੀ ਜਿਹੜਾ ਇਜ਼ਰਾਈਲ ਦਾ ਇੱਕ ਬਦਨਾਮ ਸੌਫਟਵੇਅਰ ਹੈ ਜਿਸ ਦੇ ਨਾਲ ਜ਼ਿਆਦਾਤਰ ਪੋਲਿਟੀਕਲ ਜਿਹੜੀਆਂ ਐਂਟੀਟੀਆਂ ਨੇ ਜਾਂ तमाम ਦੇਸ਼ਾਂ ਦੀਆਂ ਸਰਕਾਰਾਂ ਜਿਹੜੀਆਂ ਉਹ ਆਪਣੇ ਵਿਰੋਧੀਆਂ ਤੇ ਜਿਸ ਦੀ ਜਾਸੂਸੀ ਦੇ ਲਈ ਇਸ ਦਾ ਇਸਤੇਮਾਲ ਕਰਦੀਆਂ ਪੈਗਾਸਸ ਦਾ ਰਾਹੁਲ ਗਾਂਧੀ ਨੇ ਇਹ ਵੀ ਦਾਵਾ ਕੀਤਾ ਕਿ ਉਹਨਾਂ ਦੇ ਫੋਨ 'ਚ ਵੀ ਪੈਗਾਸਸ ਹੈ ਵਿਰੋਧੀ ਦਲਾਂ ਦੇ ਸਾਰੇ ਆਗੂਆਂ ਦੇ ਫੋਨਸ ਨੇ ਜਿਹੜੇ ਉਹ ਟੈਪ ਹੁੰਦੇ ਆ ਪਹਿਲੀ ਵੱਡੀ ਗੱਲ ਇਹ ਇਸ ਤੋਂ ਇਲਾਵਾ ਦੂਜੀ ਵੱਡੀ ਗੱਲ ਜਾਂ ਦੂਜਾ ਵੱਡਾ ਜਿਹੜਾ ਹਮਲਾ ਸੀ ਉਹ ਪ੍ਰਧਾਨ ਮੰਤਰੀ ਤੇ ਉਹਨਾਂ ਨੇ ਇਹ ਕੀਤਾ ਹੈ ਕਿ ਸਿੱਖਾਂ ਤੇ ਮੁਸਲਮਾਨਾਂ ਨੂੰ ਹੁਣ ਦੇ ਭਾਰਤ 'ਚ ਦੂਜੇ ਦਰਜੇ ਦਾ ਨਾਗਰਿਕ ਸਮਝਿਆ ਜਾਂਦਾ ਹੈ ਸੋ ਇਹ ਬੜਾ ਵੱਡਾ ਬਿਆਨ ਹੈ ਜਿਹੜਾ ਰਾਹੁਲ ਗਾਂਧੀ ਨੇ ਦਿੱਤਾ ਇਹ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਨੇ ਉਹਨਾਂ ਨੂੰ ਕਰੜੇ ਹੱਥੀ ਲਿਆ ਮੁਲਕ ਦੇ ਵਿੱਚ ਵਿਦੇਸ਼ ਦੇ ਵਿੱਚ ਜਾ ਕੇ ਰਾਹੁਲ ਗਾਂਧੀ ਮੁਲਕ ਦਾ ਨਾਮ ਖਰਾਬ ਕਰ ਰਹੇ ਹੈ ਅੰਕੁਸ਼ ਕੋਲੀ ਮੇਰੇ ਸਹਿਯੋਗੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਜੁੜ ਚੁੱਕੇ ਹੈ ਅੰਕੁਸ਼ ਇੱਕ ਵੱਡਾ ਬਿਆਨ ਹੈ ਔਰ ਇਲੈਕਸ਼ਨਸ ਆ ਰਹੇ ਹੈਗੇ ਪਾਰਲੀਮੈਂਟ ਇਲੈਕਸ਼ਨ ਆਉਣੇ ਉਸ ਤੋਂ ਪਹਿਲਾਂ ਕਈ ਵਿਧਾਨ ਸਭਾ ਮੰਡੇ ਇਲੈਕਸ਼ਨ ਆਉਣੇ ਆ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਤੇ ਇਸ ਤਰ੍ਹਾਂ ਦਾ ਹਮਲਾ ਰਾਹੁਲ ਗਾਂਧੀ ਦੇ ਵੱਲੋਂ ਕੀਤਾ ਜਾਣਾ ਕਿ ਸਿੱਖਾਂ ਦੇ ਮੁਸਲਮਾਨਾਂ ਨੂੰ ਖੁੱਲ ਕੇ ਇਹ ਹੀ ਕਹਤੇ ਕਿ ਇਹਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਸਮਝਿਆ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਤੇ ਬੜਾ ਵੱਡਾ ਸਵਾਲੀਆ ਚਿੰਨ ਲਾ ਆਏ ਹੈ ਰਾਹੁਲ ਗਾਂਧੀ ਰਾਹੁਲ ਗਾਂਧੀ ਕੈਂਬਰੇਜ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਨੂੰ ਸੰਬੋਧਿਤ ਕਰ ਰਹੇ ਸੀਗੇ ਤੇ ਜਿਸ ਦੀ ਵੀਡੀਓ ਜੋਨ ਦਾ ਸੰਬੋਧਨ ਸੀਗਾ ਉਸ ਦੀ ਵੀਡੀਓ ਜਾਰੀ ਕੀਤੀ ਹੈਗੀ ਆਪਣੇ ਟਵਿੱਟਰ ਹੈਂਡਲ ਤੇ ਸैम ਪਿਤਰੋਦਾ ਨੇ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੇ ਐਡਵਾਈਜ਼ਰ ਰਹੇ ਨੇ ਤੇ ਸैम ਪਿਤਰੋਦਾ ਨੇ ਜੋ ਵੀਡੀਓ ਜਾਰੀ ਕੀਤੀ ਹੈਗੀ ਉਸ ਦੇ ਅਧਾਰ ਤੇ ਜੋ ਅਸੀਂ ਖਬਰ ਦੱਸ ਰਹੇ ਹਾਂ ਤੇ तमाम ਚੀਜ਼ਾਂ ਉਹਨਾਂ ਨੇ ਕਹੀਆਂ ਇੱਕ ਤਾਂ ਕਿ ਡੈਮੋਕ੍ਰੇਸੀ ਦਾ ਜਿਹੜਾ ਹੈਗਾ ਉਹ ਖਤਰੇ 'ਚ ਹੈ ਜੋ तमाम ਇੰਸਟੀਚਿਊਟਸ ਇੰਸਟੀਟਿਊਟਸ ਹੈਗੇ ਨੇ ਚਾਹੇ ਉਹ ਜੁਡੀਸ਼ਰੀ ਹੋਵੇ ਚਾਹੇ ਉਹ ਲੋਕ ਸਭਾ ਰਾਜ ਸਭਾ ਹੋਵੇ ਹਰ ਇੱਕ ਤੇ ਜਿਹੜਾ ਹੈਗਾ ਘਾਲਾ ਆਇਆ ਜਾ ਰ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ اپੋਜੀਸ਼ਨ ਦੇ ਲੀਡਰ ਬੋਲਦੇ ਨੇ ਸੈਂਟਰ ਦੀ ਸਰਕਾਰ ਦੇ ਖਿਲਾਫ ਉਹਨਾਂ ਦੇ ਖਿਲਾਫ ਏਜੰਸੀਸ ਦਾ ਯੂਜ਼ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਪੈਗਸਸ ਦਾ ਪੈਗਸਸ ਦਾ ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਕਿ ਮੇਰੇ ਮੋਬਾਈਲ ਨੂੰ ਜਿਹੜਾ ਹੈਗਾ ਟੈਪ ਕੀਤਾ ਜਾ ਰਿਹਾ ਸੀਗਾ ਔਰ ਕਹਿੰਦੇ ਨੇ ਇੰਟੈਲੀਜੈਂਸ ਦੇ ਅਫਸਰਾਂ ਨੇ ਮੈਨੂੰ ਇਹ ਜਾਣਕਾਰੀ ਦਿੱਤੀ ਹੈਗੀ ਹੈ ਲੇਕਿਨ ਇਸਦੀ ਪਲਟਵਾਰ ਜਿਹੜਾ ਹੈਗਾ ਕੇਂਦਰੀ ਮੰਤਰੀ ਨਰਾਗ ਠਾਕੁਰ ਨੇ ਸਿੱਧੇ ਤੌਰ ਤੇ ਕੀਤਾ ਹੈ ਕਹਿੰਦੇ ਅਗਰ ਤੁਹਾਡੇ ਤੇ ਅਗਰ ਪੈਗਸਸ ਦਾ ਸੀਗਾ ਤੇ ਤੁਸੀਂ ਆਪਣਾ ਮੋਬਾਈਲ ਜਦੋਂ ਜਾਂਚ ਹੋਰੀ ਸੀਗੀ ਤੇ ਮੋਬਾਈਲ ਤੁਸੀਂ ਆਪਣਾ ਕਿਉਂ ਸਬਮਿਟ ਔਰੇ ਅਜੰਡਾ ਚਲਾ ਰਹੀ ਹੈ ਕਾਂਗਰਸ ਔਰ ਦੇਸ਼ ਨੂੰ ਵੰਡਣ ਦਾ ਅਜੰਡਾ ਚਲਾਉਣ ਦਾ ਵੀ ਜਿਹੜਾ ਹੈ ਅਰੋਪ ਕੇਂਦਰੀ ਮੰਤਰੀ ਅਨਰਖ ਠਾਕੁਰ ਨੇ ਉਹਨਾਂ ਤੇ ਲਗਾ ਦਿੱਤਾ ਕਿਉਂਕਿ ਰਾਹੁਲ ਗਾਂਧੀ ਨੇ ਕਿਹਾ ਹੈਗਾ ਕਿ तमाम ਜੋ ਮਿਨੋਰਟੀਜ਼ ਹੈਗੇ ਆ ਉਹਨਾਂ 'ਚ ਜਿਹੜਾ ਹੈ ਉਹਨਾਂ ਤੇ ਅਟੈਕਸ ਕੀਤੇ ਜਾ ਰਿਹਾ ਹੈ ਇਸ ਤੋਂ ਇਲਾਵਾ ਆਪੋਜੀਸ਼ਨ ਜਿਹੜਾ ਹੈ ਕਹਿੰਦੇ ਅਸੀਂ ਆਪੋਜੀਸ਼ਨ ਦਾ ਮੈਂ ਇੱਕ ਲੀਡਰ ਹਾਂ ਲੇਕਿਨ ਅਸੀਂ ਆਪੋਜੀਸ਼ਨ ਦੀ ਥਾਂ ਤਲਾਸ਼ ਰਹੇ ਹਾਂ ਕਿ ਆਪੋਜੀਸ਼ਨ ਦੀ ਉਹ ਥਾਂ ਹੈ ਵੀ ਹੈ ਜਾਂ ਨਹੀਂ ਨਿਆਂਪਾਲਿਕਾ ਤੱਕ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਨਿਆਂਪਾਲਿਕਾ ਹੋਵੇ ਚਾਹੇ মিডিਆ ਹੋਵੇ ਉਹ ਜਿਹੜਾ ਹੈਗਾ ਗਵਰਨਮੈਂਟ ਜਿਹੜਾ ਕੈਪ ਫਰਮਬਦਤ ਕਰਤੇ ਹੋਏ ਇਹ ਤਮਾਮ ਜਿਹੜੇ ਹੈਗੇ ਆ આરોਪ ਲਗਾਏ ਜਿਸ ਦਾ ਕੇਂਦਰੀ ਮੰਤਰੀ ਅਰੌਗ ਠਾਕੁਰ ਨੇ ਵੀ ਜਿਹੜਾ ਹੈਗਾ ਉਸ ਤੇ ਤਮਾਮ ਪ੍ਰਤੀਕ੍ਰਮ ਦਿੱਤਾ ਹੈਗਾ ਇੱਕ ਗੱਲ ਹੋਰ ਇੱਥੇ ਗੁਰਪ੍ਰੀਤ ਕਹਿਣਾ ਚਾਹਾਂਗਾ ਪੈਕਸਿਸ ਜਿਸ ਤੇ ਪੈਕਸਿਸ ਦਾ ਜ਼ਿਕਰ ਰਾਹੁਲ ਗਾਂਧੀ ਨੇ ਕੀਤਾ ਹੈ ਸੁਪਰੀਮ ਕੋਰਟ ਨੇ ਜੋ ਕਮੇਟੀ ਬਠਾਈ ਸੀਗੀ ਪੈਕਸਿਸ ਜਦੋਂ ਤਮਾਮ ਵਿਵਾਦ ਛੜਿਆ ਸੀਗਾ ਜਦੋਂ ਆਪੋਜੀਸ਼ਨ ਲੀਡਰਸ ਨੇ ਕਿਹਾ ਸੀ ਕਿ ਸਾਡੇ ਮੋਬਾਈਲ ਟੈਪਸ ਕੀਤੇ ਜਾ ਰਹੇ ਆ ਪੈਕਸਿਸ ਨਾਮ ਦਾ ਇਜ਼ਰਾਈਲੀ ਸੌਫਟਵੇਅਰ ਜਿਹੜਾ ਹੈਗਾ ਸਪਾਈਵੇਅਰ ਜੋ ਹੈਗਾ ਉਹ ਸਾਡੇ ਮੋਬਾਈਲਸ ਤੇ ਹੈਗਾ ਤੇ ਉਸ ਦੇ ਉੱਪਰ ਜੋ ਕਮੇਟੀ ਬੈਠੀ ਸੀਗੀ 2 ਕੀਤੀ ਸੀਗੀ ਉਸ ਵੇਲੇ ਰਾਹੁਲ ਗਾਂਧੀ ਨੇ ਆਪਣਾ ਮੋਬਾਈਲ ਸਰਮਿਟ ਨਹੀਂ ਕਰਾਇਆ ਸੀ ਤੇ ਹੁਣ 29 ਮੋਬਾਈਲ ਚ ਪਾਇਆ ਗਿਆ ਸੀਗਾ ਕਿ ਪੈਕਸਸ ਤਾਂ ਨਹੀਂ ਹੈ ਲੇਕਿਨ ਪੰਜ ਮੋਬਾਈਲਸ ਦਾ ਮਾਲਵੇਅਰ ਮਾਲਵੇਅਰ ਜੋ ਵਾਇਰਸ ਹੁੰਦਾ ਇੱਕ ਟਾਈਪ ਦਾ ਉਹ ਜ਼ਰੂਰ ਪਾਇਆ ਗਿਆ ਸੀ ਲੇਕਿਨ ਕਮੇਟੀ ਨੇ ਆਪਣੀ ਰਿਪੋਰਟ ਸਬਮਿਟ ਕੀਤਾ ਸੀਗਾ ਕਿ ਇਹ ਜਿਹੜਾ ਮਾਲਵੇਅਰ ਹੈ ਇਸ ਨੂੰ ਪੈਕਸਸ ਨਹੀਂ ਕੀਤਾ ਜਾ ਸਕਦਾ ਤੇ तमाम ਚੀਜ਼ਾਂ ਦਾ ਰਾਹੁਲ ਗਾਂਧੀ ਨੇ ਉੱਥੇ ਰੋਪ ਲਗਾਏ ਹੈ ਚਾਹੇ ਉਹ ਲੋਕਤੰਤਰ ਦਾ ਘਾਣ ਦਾ ਰੋਪ ਲਾਇਆ ਹੋਵੇ ਸਰਕਾਰ ਤੇ ਚਾਹੇ ਮੀਡੀਆ ਨੂੰ ਜੁਡੀਸ਼ਰੀ ਨੂੰ ਕੈਪਚਰ ਕਰਨ ਦਾ ਰੋਪ ਲਾਇਆ ਹੋਵੇ ਅੱਛਾ ਅਨਕੁਸ਼ ਜਿਸ ਤਰ੍ਹਾਂ ਦਾ ਰਾਹੁਲ ਗ ਦੂਜੇ ਦਰਜੇ ਦਾ ਨਾਗਰਿਕ ਸਮਝਿਆ ਜਾਂਦਾ ਹੈ ਉਹਨਾਂ ਦੇ ਇਸ ਬਿਆਨ ਦੇ ਪ੍ਰਤੀ ਸਿੱਖ ਭਾਈਚਾਰਾ ਜਾਂ ਸਿੱਖ ਆਗੂਆਂ ਦਾ ਕਿਸ ਤਰ੍ਹਾਂ ਦਾ ਪ੍ਰਤੀਕਰਮ ਹੈ ਆ ਦੇਖੋ तमाम ਪ੍ਰਤੀਕਰਮ ਜਿਹੜੇ ਹੈਗੇ ਜਰੂਰ ਸਾਹਮਣੇ ਆ ਰਿਹਾ ਹਾਲਾਂਕਿ ਖਾਸ ਜੋ ਪ੍ਰਤੀਕਰਮ ਆਇਆ ਉਹ ਅਨੁਰਾਗ ਠਾਕੁਰ ਨੇ ਸਾਹਮਣੇ ਆਇਆ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਇਹ ਜੋ ਮਿਨੋਰਟੀਜ਼ ਬਾਰੇ ਤੁਸੀਂ ਸਟੇਟਮੈਂਟ ਦਿੱਤੀ ਹੈ ਬਾਹਰ ਦੀ ਧਰਤੀ ਤੇ ਸਟੇਟਮੈਂਟ ਦਿੱਤੀ ਹੈ ਸਿਰਫ ਦੇਸ਼ ਨੂੰ ਬਦਨਾਮ ਕਰਨ ਲਈ ਦਿੱਤੀ ਹੈ ਔਰ ਇਹ ਸੋਚ ਇਹ ਸਿੱਧੇ ਤੌਰ ਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਸੋਚ ਜੋ ਵੰਡਣ ਦੀ ਤੇ ਰਾਜ ਕਰਨ ਦੀ ਹੈ ਕਾਂਗਰਸੀ ਰਹੀ ਹੈ ਜਿਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆ ਕੇ ਖਾਤਮਾ ਕੀਤਾ ਹੈਗਾ ਤੇ ਹੁਣ ਉਹ اسی ਸੋਚ ਤੇ ਚੱਲ ਰਹੇ ਹੈਗੇ ਕਿ ਬਿਲਕੁਲ ਕਿਸੇ ਨੂੰ ਵੰਡਣਾ ਨਹੀਂ ਹੈਗਾ ਸਾਰਿਆਂ ਨੂੰ ਇੱਕ ਕਰਕੇ ਚੱਲਣਾ ਹੈ ਤੇ ਹੋਰ ਵੀ ਅਸੀਂ तमाम ਪ੍ਰਤੀਕਰਮ ਲਗਾਤਾਰ ਗੁਰਵਿੰਦ ਲੈਂ ਜਿਹੜਾ ਲਗਾਤਾਰ ਕੋਸ਼ਿਸ਼ ਕਰਾਂਗੇ ਹਾਲਾਂਕਿ ਜੋ ਵੀ ਪ੍ਰਤੀਕਰਮ ਹਜੇ ਤੱਕ ਆਇਆ ਭਾਜਪਾ ਨੇ ਇਸ ਦਾ ਖਾਸ ਤੌਰ ਤੇ ਜਿਹੜਾ ਹੈਗਾ ਵਿਰੋਧ ਕੀਤਾ ਹੈ ਕਿ ਖਾਸ ਤੌਰ ਤੇ ਵਿਦੇਸ਼ ਦੀ ਧਰਤੀ ਦਾ ਇਸਤੇਮਾਲ ਕਰਕੇ ਰਾਹੁਲ ਗਾਂਧੀ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਔਰ ਇਹ ਵੀ આરોਪ ਜਿਹੜਾ ਹੈਗਾ ਸਰਕਾਰ ਨੇ ਲਾਇਆ ਕਿ ਪਹਿਲਾਂ ਵੀ ਰਾਹੁਲ ਗਾਂਧੀ ਲਗਾਤਾਰ ਇਸ ਤਰ੍ਹਾਂ ਕਰਦੇ ਆਇਆ ਔਰ ਰਾਹੁਲ ਗਾਂਧੀ ਇੱਕ ਹੋਰ ਪੁਆਇੰਟ ਕਿਹਾ ਹੈਗਾ ਕਿ ਡਾਂਡੀ ਮਾਰਚ ਜਿਸ ਤਰ੍ਹਾਂ ਮਹਾਤਮਾ ਗਾਂਧੀ ਨੇ ਕੱਢਿਆ ਸੀਗਾ ਕਹਿੰਦੇ ਕਿਉਂਕਿ ਬੋਲਣ ਦੀ ਸੁਤੰਤਰਤਾ ਨਹੀਂ ਰਹੀ ਹੈਗੀ ਹੈ ਸਾਡੇ ਮੋਬਾਈਲ ਟੈਪ ਕੀਤੇ ਜਾ ਰਹੇ ਨੇ ਇਸ ਕਰਕੇ ਫਲਸਫੀ ਤੇ ਚਲਦੇ ਹੋਏ ਇੱਕ ਯਾਤਰਾ ਕੱਢੀ ਹੈ ਤਾਂ ਕਿ ਲੋਕਾਂ ਨਾਲ ਜਿਹੜਾ ਹੈਗਾ ਕਮਿਊਨੀਕੇਸ਼ਨ ਕੀਤਾ ਜਾਵੇ ਤਾਂ ਬਿਲਕੁਲ तमाम ਚੀਜ਼ਾਂ ਵਿਦੇਸ਼ ਦੀ ਧਰਤੀ ਤੇ ਇੰਗਲੈਂਡ ਦੀ ਧਰਤੀ ਤੇ ਕੈਮਬ੍ਰਿਜ ਯੂਨੀਵਰਸਿਟੀ ਤੇ ਰਾਹੁਲ ਗਾਂਧੀ ਨੇ ਕਹਿੰਿਆ ਤੇ ਬਿਲਕੁਲ ਸਰਕਾਰ ਦਾ ਵੀ ਪ੍ਰਤੀਕ੍ਰਮ ਆ ਰਹੇ ਨੇ ਬਿਲਕੁਲ ਹੋਰ ਲੋਕਾਂ ਤੋਂ ਵੀ ਚਾਹੇ ਉਹ ਸਿੱਖ ਧਰਮ ਦੇ ਲੋਕ ਹੋਣ ਮੁਸਲਮਾਨ ਧਰਮ ਦੇ ਲੋਕ ਹੋਣ ਤੋਂ ਸਾਰਿਆਂ ਦੇ ਪ੍ਰਤੀਕ੍ਰਮ ਇਸ ਵੀ ਲੈਣ ਦੀ ਬਸ਼ਿਸ਼ ਕਰਾਂਗੇ ਬਹੁਤ ਸ਼ੁਕਰੀਆ ਅਨਕੁਸ਼ ਇਸ तमाम ਜਾਣਕਾਰੀ ਦੇ ਲਈ ਡੇਲੀ ਪੋਸ ਅੰਜਾ ਹਰਿਆਣਾ ਹਿਮਾਚਲ ਜਰਨਲਿਜ਼ਮ ਆਫ ਹੋਪ